ਸਬਸਕ੍ਰਾਈਬ ਕਰੋ ਖਤਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ। ਸਵਾਗਤ ਹੈ ਤੁਹਾਡਾ ਖਤਰਾਂ ਐਲ ਐਸ ਆਈ ਦੇ YouTube ਚੈਨਲ ਦੇ ਵਿੱਚ। ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਅੱਜ ਤੋਂ ਅਸੀਂ ਚੈਨਲ ਦੇ ਵਿੱਚ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਆਪਣੇ ਚੈਨਲ ਤੇ ਨਹਿਰੀ ਵਿਭਾਗ ਬਾਰੇ ਵੀ ਹੁਣ ਆਪਾਂ ਦੱਸਿਆ ਕਰਾਂਗੇ। ਇਸ ਚੈਨਲ ਤੇ ਨਹਿਰੀ ਵਿਭਾਗ ਸੰਬੰਧੀ ਵੀਡੀਓਜ਼ ਪਾਇਆ ਕਰਾਂਗੇ। ਇਸ ਲਈ ਜੇਕਰ ਤੁਸੀਂ ਨਹਿਰੀ ਵਿਭਾਗ ਬਾਰੇ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਸਿੰਚਾਈ ਵਿਭਾਗ ਸੌਰੀ ਨਹਿਰੀ ਵਿਭਾਗ ਸੰਬੰਧੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਿੰਚਾਈ ਸੰਬੰਧੀ ਤੱਥ ਅਤੇ ਪ੍ਰਵਾਸ਼ਾਂ માં ਨਹਿਰੀ ਵਿਭਾਗ ਚ ਨਹਿਰੀ ਮਹਿਕਮੇ ਵਿੱਚ ਵਰਤੀਆਂ ਜਾਣ ਵਾਲੀਆਂ ਆਮ ਪ੍ਰਵਾਸ਼ਾਂਾਂ ਦੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਨੰਬਰ 1 ਪਾਣੀ ਦਾ ਜਾਇਆ ਕਰਨਾ ਨਹਿਰ ਤੋਂ ਪਾਣੀ ਜੋ ਜਾਇਆ ਹੋਣ ਲਈ ਵੰਡ ਦਿੱਤਾ ਗਿਆ ਹੋਵੇ ਉਸ ਨੂੰ ਪਾਣੀ ਦਾ ਜਾਇਆ ਕਰਨਾ ਕਿਹਾ ਜਾਂਦਾ ਹੈ ਨਹਿਰੀ ਵਿਭਾਗ ਵਿੱਚ ਨੰਬਰ 2 ਬਾਰੀ ਉਹ ਸਮਾਂ ਜਿਸ ਵਿੱਚ ਕੋਈ ਵਿਅਕਤੀ ਸਿੰਚਾਈ ਲਈ ਪਾਣੀ ਲੈਣ ਦਾ ਹੱਕਦਾਰ ਹੋਵੇ ਨੰਬਰ 3 ਨਾਕਾ ਖਾਲ ਦਾ ਉਹ ਕਟ ਜੋ ਸਿੱਧੀ ਸਿੰਚਾਈ ਲਈ ਬਣਾਇਆ ਗਿਆ ਹੋਵੇ ਨੰਬਰ 4 ਚੱਕ ਭੂਮੀ ਦਾ ਉਹ ਭਾਗ ਜਿਸ ਦੀ ਸਿੰਚਾਈ ਇੱਕ ਹੀ ਮੋਗੇ ਤੇ ਮੋਗੇ ਤੋਂ ਹੁੰਦੀ ਹੋਵੇ ਨੰਬਰ 5 ਚੱਕਬੰਦੀ ਮੋਗਿਆਂ ਦੀ ਸੀਮਾ ਅੰਦਰ ਉਹਨਾਂ ਖੇਤਰਾਂ ਦਾ ਨਕਸ਼ਾ ਤਿਆਰ ਕਰਨਾ ਜਿਸ ਦੀ ਸਿੰਚਾਈ ਇੱਕ ਰਜਵਾਹੇ ਦੇ ਮੋਗਿਆਂ ਦੁਆਰਾ ਕੀਤੀ ਜਾਵੇ ਚੱਕਬੰਦੀ ਵਿੱਚ ਨਿਰਧਾਰਿਤ ਖੇਤੀ ਦੀ ਕਿਸਮ ਬਾਰ ਤਫਸੀਲ ਦਰਜ ਹੁੰਦੀ ਹੈ ਨੰਬਰ 6 ਤੋੜ ਉਹ ਸਿੰਚਾਈ ਜੋ ਖਾਲ ਤੋਂ ਨਾਕਾ ਕਰਕੇ ਖੇਤਾਂ ਨੂੰ ਕੀਤੀ ਜਾਵੇ ਨੰਬਰ 7 ਆਬਿਆਨਾ ਜਾਂ ਜਾਲ ਕਰ ਪਾਣੀ ਦਾ ਮਹਸੂਲ ਜੋ ਨਹਿਰ ਦੇ ਪਾਣੀ ਦੀ ਵਰਤੋਂ ਕਰਨ ਵਾਲੇ ਕਾਸ਼ਤਕਾਰਾਂ ਜਾਂ ਦੂਜੇ ਵਿਅਕਤੀਆਂ ਤੋਂ ਸਰਕਾਰ ਪ੍ਰਾਪਤ ਕਰਦੀ ਹੈ। ਨੰਬਰ 8 ਅਖਫਾ ਨਹਿਰੀ ਪਾਣੀ ਨਾਲ ਸਿੰਜਿਆ ਉਹ ਖੇਤਰ ਜੋ ਜਾਣਬੁੱਝ ਕੇ ਤਕਸੀਸ਼ ਆਬਿਆਨਾ ਵਿੱਚ ਦਰਜ ਨਾ ਕੀਤਾ ਗਿਆ ਹੋਵੇ। ਨੰਬਰ 9 ਅਸਲ ਉਹ ਰਕਮ ਜੋ ਕੇ ਸਰਕਾਰ ਦਾ ਖਾਲਸ ਹੱਕ ਹੈ ਨੰਬਰ 10 ਐਡੀਸ਼ਨ ਤਿਆਰੀ ਖਤੂਨੀ ਮਗਰੋਂ ਆਬਿਆਨ ਵਿੱਚ ਜੋ ਵਾਧਾ ਕੀਤਾ ਜਾਂਦਾ ਹੈ ਉਸ ਨੂੰ ਐਡੀਸ਼ਨ ਕਿਹਾ ਜਾਂਦਾ ਹੈ ਨੰਬਰ 11 ਤਿਆਰੀ ਖਤੂਨੀ ਮਗਰੋਂ ਆਬਿਆਨ ਵਿੱਚ ਜੋ ਕਮੀ ਕੀਤੀ ਜਾਂਦੀ ਹੈ ਉਸ ਨੂੰ ਰਿਮਿਸ਼ਨ ਕਿਹਾ ਜਾਂਦਾ ਹੈ ਰਿਮਿਸ਼ਨ ਕਿਸ ਨੂੰ ਕਹਿੰਦੇ ਹਨ ਤਿਆਰੀ ਖਤੂਨੀ ਮਗਰੋਂ ਆਬਿਆਨ ਵਿੱਚ ਜੋ ਕਮੀ ਕੀਤੀ ਜਾਂਦੀ ਹੈ ਉਸ ਨੂੰ ਰਿਮਿਸ਼ਨ ਕਿਹਾ ਜਾਂਦਾ ਹੈ ਨੰਬਰ 12 ਹਰਾਉਣੀ ਕੁਝ ਜਗ੍ਹਾ ਤੈਨੂੰ ਰੌਣੀ ਵੀ ਕਿਹਾ ਜਾਂਦਾ ਉਹ ਪਾਣੀ ਰੌਣੀ ਖਵਾਉਂਦਾ ਹੈ ਜੋ ਕਿਸੇ ਖੇਤ ਵਿੱਚ ਨਵੀਂ ਲਈ ਫਸਲ ਦੀ ਕਾਸ਼ਤ ਤੋਂ ਪਹਿਲਾਂ ਦਿੱਤਾ ਜਾਂਦਾ ਹੈ ਜਿਸ ਨੂੰ ਕੇਪਾ ਰੌਣੀ ਕਰਨਾ ਕਹਿੰਦੇ ਹਾਂ ਨੰਬਰ 13 ਪੜਤਾਲ ਕੱਚੀ ਸਤਕਾਰ ਵਿੱਚ ਗੱਲਾਂ ਦਾ ਮੌਕੇ ਤੇ ਨਰੀਖਣ ਕਰਕੇ ਦੇਖਣਾ ਕਿ ਇਸ ਵਿੱਚ ਸਾਰੇ ਸਿੰਚਾਈ ਕੀਤੇ ਗਏ ਖੇਤ ਤੇ ਚੀਜ਼ਾਂ ਠੀਕ ਤੌਰ ਤੇ ਦਰਜ ਹਨ ਜਾਂ ਨਹੀਂ ਇਹ ਵੀਡੀਓ ਤੁਸੀਂ ਖਤਰਾ ਐਲਐਸਆਈ ਦੇ YouTube ਚੈਨਲ ਤੇ ਦੇਖ ਰਹੇ ਹੋ ਕਿਉਂਕਿ ਬਹੁਤ ਸਾਰੇ ਵੀਰ ਆਪਣੀ ਵੀਡੀਓ ਕਾਪੀ ਕਰ ਲੈਂਦੇ ਆ ਤਾਂ ਉਹਨਾਂ ਨੂੰ ਬੇਨਤੀ ਹੈ ਜਿਹਾ ਨਾ ਕਰਨ। ਨੰਬਰ 14 75 ਉਹ ਰਕਮ ਜੋ ਨੰਬਰਦਾਰ ਨੂੰ ਮਾਲੀਆ ਜਾਂ ਆਬਿਆਨਾ ਬਸੂਲ ਕਰਨ ਤੇ ਮਿਲਦੀ ਹੈ। ਨੰਬਰ 15 ਪੱਤੀ ਭਾਪ ਪਿੰਡ ਦਾ ਇੱਕ ਭਾਗ ਬਗੇ ਅਸੀਂ ਤੁਹਾਨੂੰ ਪ੍ਰਵਾਹ ਸ਼ਮਾ ਦੱਸ ਰਹੇ ਹਾਂ ਅੱਗੇ ਅਗਲੀਆਂ ਵੀਡੀਓ ਚ ਆਪਾਂ ਇਸ ਬਾਰੇ ਕਿ ਕਿਹੜੇ ਕਾਨੂੰਨ ਹਨ ਨਹਿਰੀ ਵਿਭਾਗ ਸੰਬੰਧੀ ਮੋਗਿਆਂ ਬਾਰੇ ਬਾਰੀਆਂ ਬਾਰੇ ਸਾਰਾ ਕੁਝ ਆਪਾਂ ਤੁਹਾਨੂੰ ਇਸ ਚੈਨਲ ਤੇ ਦੱਸਾਂਗੇ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਨੰਬਰ 16 ਛੁੱਟੀ ਉਹ ਸਮਾਂ ਜਿਸ ਦੇ ਅੰਦਰ ਨਹਿਰ ਤੋਂ ਸਿੰਚਾਈ ਦੀ ਖਾਲ ਬੰਦ ਰਹੇ ਭਾਵ ਨਹਿਰ ਤੋਂ ਪਾਣੀ ਨਾ ਲਿਆ ਜਾਵੇ ਨੰਬਰ 17 ਤਨਾਜਾ ਜਾਂ ਇਤਰਾਜ ਤਖਸੀਸ਼ ਆਬਿਆ ਨੇ ਸੰਬੰਧੀ ਉਜਰਦਾਰੀ ਨੰਬਰ 18 ਪਾਣੀ ਜਾਇਆ ਕਰਨ ਤੇ ਜੁਰਮਾਨਾ ਜੋ ਰਕਮ ਕਿਸੇ ਵਿਅਕਤੀ ਕੋਲੋਂ ਕਿਸੇ ਗਫਲਤਜਾ ਅਣਗਹਿਲੀ ਕਾਰਨ ਨਹਿਰ ਦਾ ਪਾਣੀ ਜਾਇਆ ਹੋਣ ਤੇ ਪ੍ਰਾਪਤ ਕੀਤੀ ਜਾਂਦੀ ਹੈ ਉਸ ਨੂੰ ਜਾਇਆ ਕਰਨ ਦਾ ਜੁਰਮਾਨਾ ਜਾਂ ਤਵਾਨ ਕਹਿੰਦੇ ਹਨ ਨੰਬਰ 19 ਉਸ ਫਸਲ ਨੂੰ ਤਲਫ ਤਲਫ ਕਿਸ ਨੂੰ ਕਹਿੰਦੇ ਹਨ ਉਸ ਫਸਲ ਨੂੰ ਤਲਫ ਕਹਿੰਦੇ ਹਨ ਜੋ ਜੁਗੀ ਜੋ ਜ਼ਮੀਨ ਤੋਂ ਉੱਗ ਪਵੇ ਪਰੰਤੂ ਛੇਤੀ ਹੀ ਨਸ਼ਟ ਹੋ ਵਿਭਾਵ ਉਹ ਫਸਲ ਜਿਹੜੀ ਉਗਰ ਕੇ ਮੱਚ ਜਾਵੇ ਨੰਬਰ 20 ਹੈਡ ਉਹ ਥਾਂ ਜਿੱਥੋਂ ਕਿਸੇ ਨਹਿਰ ਦੇ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਖਾਲ ਦੇ ਪਾਣੀ ਦੀ ਡੰਗਾਈ ਅਤੇ ਰਜਵਾਹੇ ਦੇ ਪਾਣੀ ਦੀ ਡੰਗਾਈ ਦੇ ਅੰਤਰ ਨੂੰ ਵੀ ਹੈਡ ਕਿਹਾ ਜਾਂਦਾ ਹੈ ਨੰਬਰ 21 ਹਲਕਾ ਪਿੰਡ ਦਾ ਉਹ ਕੁੱਲ ਖੇਤਰ ਜਿਸ ਨੂੰ ਮਾਪਣਾ ਇੱਕ ਪਟਵਾਰੀ ਦੇ ਜਿੰਮੇ ਹੁੰਦਾ ਹੈ ਨੰਬਰ 22 ਖਰਾਬਾ ਜੋ ਫਸਲ ਪੂਰੀ ਪੈਦਾਵਾਰ ਨਾ ਦੇਵੇ ਅਤੇ ਖੁਸ਼ਕ ਹੋ ਜਾਵੇ ਉਸ ਨੂੰ ਖਰਾਬਾ ਕਹਿੰਦੇ ਹਨ ਨੰਬਰ 23 ਚੱਕ ਚੱਕ ਵਿਰੁੱਧ ਸਿੰਚਾਈ ਇੱਕ ਹੀ ਪਿੰਡ ਦੇ ਦੂਜੇ ਇੱਕ ਮੋਗੇ ਦੇ ਚੱਕ ਵਿੱਚ ਸਿੰਚਾਈ ਕਰਨ ਨੂੰ ਚੱਕ ਵਿਰੁੱਧ ਸਿੰਚਾਈ ਕਹਿੰਦੇ ਹਨ ਨੰਬਰ 24 ਦੋ ਫਸਲੀ ਉਹ ਭੂਮੀ ਜਿਸ ਵਿੱਚ ਫਸਲ ਹਾੜੀ ਦੀ ਕਾਸ਼ਤ ਮੰਗਰੋ ਸੌਣੀ ਦੀ ਫਸਲ ਵੀ ਪੈਦਾ ਕੀਤੀ ਜਾਂਦੀ ਹੋਵੇ ਭਾਬ ਦੋ ਫਸਲਾਂ ਲਈਤੀਆਂ ਜਾਂਦੀਆਂ ਹੋਣ ਨੰਬਰ 25 ਤਾਵਾਨ ਨਜਾਇਜ਼ ਜੇਕਰ ਕਿਸੇ ਵਿਅਕਤੀ ਤੇ ਨਜਾਇਜ਼ ਤੌਰ ਤੇ ਤਾਵਨ ਪਾਇਆ ਗਿਆ ਹੋਵੇ ਤਾਂ ਉਸ ਨੂੰ ਤਾਵਾਨ ਨਜਾਇਜ਼ ਕਹਿੰਦੇ ਹਨ ਨੰਬਰ 26 ਡਿਸਚਾਰਜ ਪਾਣੀ ਦੀ ਉਹ ਮਾਤਰਾ ਜੋ ਸੈਕਿੰਡ ਵਿੱਚ ਕਿਸੇ ਨਹਿਰ ਰਜਵਾਹੇ ਮਾਈਨਰ ਜਾਂ ਮੁੱਗੇ ਤੋਂ ਨਿਕਲਦੀ ਹੈ ਉਸ ਨੂੰ ਡਿਸਚਾਰਜ ਕਿਹਾ ਜਾਂਦਾ ਹੈ ਨੰਬਰ 27 ਡੈਲਟਾ ਪਾਣੀ ਦੀ ਉਹ ਨਗਾਈ ਜੋ ਇੱਕ ਫਸਲ ਨਾਲ ਸਿੰਚਾਈ ਕੀਤੇ ਗਏ ਖੇਤਰ ਦੀ ਨਿਸ਼ਬਤ ਤੋਂ ਪ੍ਰਾਪਤ ਹੁੰਦੀ ਹੈ। ਨੰਬਰ 28 ਡਿਊਟੀ ਸਿੰਚਾਈ ਦਾ ਉਹ ਮਹਿਕਨਾਮਾ ਦਰਜਾ ਜਿਸ ਤੇ ਨਹਿਰ ਰਜਵਾਹਾ ਮਾਈਨਰ ਮੋਗਾ ਡਿਜ਼ਾਈਨ ਕੀਤੇ ਜਾਂਦੇ ਹਨ। 201 ਡਿਊਟੀ ਦਾ ਅਰਥ ਹੈ ਕਿ ਜੋ ਖੇਤਰ ਸਾਰੇ ਸਾਲ ਵਿੱਚ ਸਿੰਚਾਈ ਕੀਤਾ ਜਾਂਦਾ ਹੈ ਉਸ ਦੇ 201 ਏਕੜ ਨੂੰ ਇੱਕ ਕਿਊਸਕ ਪਾਣੀ ਮਿਲੇਗਾ ਇਹਨੂੰ ਡਿਊਟੀ ਕਿਹਾ ਜਾਂਦਾ ਹੈ। ਨੰਬਰ 29 ਨੋਟ ਕਿਉਸਕ ਪਾਣੀ ਦੇ ਮਾਪ ਦਾ ਪੈਮਾਨਾ ਹੈ ਜਿਸ ਨੂੰ ਕਣਫੁੱਟ ਵੀ ਕਹਿ ਦਿੱਤਾ ਜਾਂਦਾ ਹੈ। ਪਰੰਤੂ ਕਿਉਸਕ ਦਾ ਕਣਫੁੱਟ ਸਹੀ ਅਨਵਾਦ ਨਹੀਂ ਹੈ। ਨੰਬਰ 30 ਡਾਲ ਅਜਿਹੀ ਭੂਮੀ ਜੋ ਉੱਚੀ ਹੋਵੇ ਅਤੇ ਉੱਥੋਂ ਬਿਨਾਂ ਝਲਾਰ ਜਾਂ ਛੱਟੇ ਨਾਲ ਸਿੰਚਾਈ ਕੀਤੀ ਜਾਂਦੀ ਹੋਵੇ ਇਹਨੂੰ ਡਾਲ ਕਹਿੰਦੇ ਨੇ। ਨੰਬਰ 31 ਕੋਰ ਇਹਦਾ ਲਗਭਗ ਹਰ ਇੱਕ ਨੂੰ ਕਿਸਾਨ ਨੂੰ ਤਾਂ ਪਤਾ ਹੀ ਹੈ ਕਿ ਪੰਜਾਬ ਵਿੱਚ ਉਸ ਸਿੰਚਾਈ ਨੂੰ ਕਹਿੰਦੇ ਹਨ ਜਿਸ ਵਿੱਚ ਬੀਜਣ ਮਗਰੋਂ ਪਾਣੀ ਨਾ ਲਾਇਆ ਹੋਵੇ ਭਾਵੇਂ ਨਾ ਪਾਣੀ ਤੇ ਫਸਲ ਖੜੀ ਹੋਵੇ ਕੋਰ ਖੜੀ ਆਪਾਂ ਕਹਿੰਦੇ ਨੇ ਆ ਨੰਬਰ 32 ਕੱਟ ਕਿਸੇ ਨਹਿਰ ਰਜਬਾਹੇ ਜਾਂ ਮਾਈਨਰ ਦੇ ਕੰਢੇ ਨੂੰ ਜਾਣ ਬੁੱਝ ਕੇ ਪਾਣੀ ਲੈਣ ਲਈ ਕੱਟਣਾ ਉਸ ਨੂੰ ਕੱਟ ਕਿਹਾ ਜਾਂਦਾ ਹੈ ਨੰਬਰ 33 ਬਰਗ ਪੂਮੀ ਦਾ ਉਹ ਟੁਕੜਾ ਜਿਸ ਦੀ ਲੰਬਾਈ ਤੇ ਚੜਾਈ 200 ਕਰਮ ਦੀ ਹੋਵੇ ਵਰਗ ਆਪਾ ਹਰ ਇੱਕ ਚੀਜ਼ ਨੂੰ ਕਹੀ ਜਿਵੇਂ ਆਪਾਂ ਵਰਗ ਫੁੱਟ ਹੁੰਦੇ ਆ ਵਰਗ ਮੀਟਰ ਹੁੰਦੇ ਆ ਤਾਂ ਇਹਦੇ ਵਿੱਚ ਵਰਗ ਦੱਸਿਆ ਗਿਆ ਹੈ ਭੂਮੀ ਦਾ ਉਹ ਟੁਕੜਾ ਜਿਸ ਦੀ ਲੰਬਾਈ ਤੇ ਚੜਾਈ 200 ਕਰਮ ਹੁੰਦੀ ਹੈ ਇਹ ਨਹਿਰੀ ਵਿਭਾਗ ਚ ਹੈ ਇਹਦਾ ਵਰਗ ਦੀ ਪਰਿਭਾਸ਼ਾ ਨੰਬਰ 34 ਮਾਲ ਗੁਜਾਰ ਭਾਵ ਭੂਮੀ ਦਾ ਮਾਲਕ ਨੰਬਰ 35 ਸਾਈਫਨ ਉਹ ਅੰਤਰ ਜੋ ਮੀਂਹ ਦੇ ਪਾਣੀ ਜਾਂ ਕਿਸੇ ਨਾਲੇ ਦੇ ਪਾਣੀ ਗੁਜ਼ਾਰਨ ਲਈ ਕਿਸੇ ਨਹਿਰ ਰਜਵਾਹੇ ਜਾਂ ਮਾਈਨਰ ਦਾ ਪਾਣੀ ਗੁਜ਼ਾਰਨ ਲਈ ਬਣਾਈ ਜਾਵੇ ਉਸ ਨੂੰ ਸਾਈਫਨ ਕਿਹਾ ਜਾਂਦਾ ਹੈ। ਨੰਬਰ 36 ਹੈ ਜੀ ਅੱਗੇ। ਸਖਤਗੀ ਕਿਸੇ ਨਹਿਰ ਰਜਵਾਹੇ ਜਾਂ ਮਾਈਨਰ ਦਾ ਕੰਢਾ ਰੁੱਟ ਜਾਣ ਨੂੰ ਸਖਤਗੀ ਕਿਹਾ ਜਾਂਦਾ ਹੈ। ਨੰਬਰ 37 ਹੈ ਜੀ ਨਬੂਦ ਨਬੂਦ ਤੁਪਾਭ ਹੈ ਉਹ ਫਸਲ ਜਿਸ ਵਿੱਚ ਬੀਜ ਨਾ ਆਬਗੇ ਉਸਨੂੰ ਨਬੂਦ ਕਿਹਾ ਜਾਂਦਾ ਨੰਬਰ 38 ਬਾਈ ਫਰਕੇਸ਼ਨ ਉਹ ਪੱਕੀ ਹੌਦੀ ਹੁੰਦੀ ਹੈ ਜੋ ਇੱਕ ਮੋਗੇ ਦੇ ਪਾਣੀ ਨੂੰ ਦੋ ਭਾਗਾਂ ਵਿੱਚ ਵੰਡਣ ਲਈ ਬਣਾਈ ਜਾਂਦੀ ਹੈ ਮੋਗਾ ਇੱਕ ਹੁੰਦਾ ਅੱਗੇ ਇੱਕ ਡੱਗੀ ਬਣਾਈ ਜਾਂਦੀ ਹੈ ਜਿਹੜੀ ਹੌਦੀ ਕਹਿ ਸਕਦੇ ਆਪਾਂ ਨੂੰ ਤਾਂ ਉਹ ਅੱਗੇ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ ਨੰਬਰ 39 ਫਲੋਟ ਫਲੋਟ ਦਾ ਇਹਦੇ ਵਿੱਚ ਅਰਥ ਹੈ ਕਿਸੇ ਤੈਰਨ ਵਾਲੀ ਵਸਤੂ ਨੂੰ ਕਹਿੰਦੇ ਹਨ ਫਲੋਟ ਨੰਬਰ 40 ਰਾਡ ਇੱਕ ਡੰਡਾ ਹੁੰਦਾ ਹੈ ਜਿਸ ਦੇ ਵਿੱਚਕਾਰ ਸਿੱਕੇ ਜਾਂ ਲੋਹੇ ਦਾ ਵਜਨ ਹੁੰਦਾ ਹੈ ਇਹ ਰਾਡ ਤਲ ਤੋਂ ਤਹਿ ਤੱਕ ਪਾਣੀ ਦੀ ਗਤੀ ਪ੍ਰਤੀਤ ਕਰਨ ਲਈ ਵਰਤੀ ਜਾਂਦੀ ਹੈ ਕਿ ਕਿੰਨੀ ਗਤੀ ਹੈ ਉਸਦੀ ਇਸ ਨੂੰ ਰਾਡ ਕਿਹਾ ਜਾਂਦਾ ਹੈ 41 ਨੰਬਰ ਹੈ ਜੀ ਫੁੱਟ ਫੁੱਟ ਤੋਂ ਭਾਵ ਹੈ ਏਕੜ ਖੇਤ ਵਿੱਚ ਪਾਣੀ ਦੀ ਡੂੰਘਾਈ ਦਾ ਤਮਾਨਾ 42 ਨੰਬਰ ਹੈ ਜੀ ਪੰਸਾਲ ਪੰਸਾਲ ਕਿਸੇ ਨਹਿਰ ਜਾਂ ਰਜਵਾਹੇ ਦੇ ਹੈੱਡ ਤੇ ਲੱਗਿਆ ਹੋਇਆ ਉਹ ਪਮਾਨਾ ਜਿਸ ਨਾਲ ਪੰਤਾਂ ਦੀ ਡੰਗਾਈ ਪ੍ਰਤੀਤ ਹੁੰਦੀ ਹੋਵੇ ਤੇ ਇਹਦੇ ਵਿੱਚ ਆਪਣੇ ਹੋਰ ਵੀ ਬਹੁਤ ਸਾਰੇ ਪੁਆਇੰਟਸ ਨੇ ਜੋ ਅਗਲੀਆਂ ਵੀਡੀਓਜ਼ 'ਚ ਆਉਣਗੇ ਤਾਂ ਉਮੀਦ ਹੈ ਤੁਹਾਨੂੰ ਇਹ ਵੀ ਵੀਡੀਓ ਪਸੰਦ ਆਈ ਹੋਵੇਗੀ ਤੇ ਆਪਾਂ ਇਹਦੇ ਮੋਗਿਆਂ ਤੇ ਇਹਦੇ ਕੀ ਕਾਨੂੰਨ ਨੇ ਨਹਿਰੀ ਵਿਭਾਗ ਦੇ ਪਾਣੀ ਲਾਉਣ ਸੰਬੰਧੀ ਤੇ ਇਹ ਵੀ ਆਪਾਂ ਦਾ ਅਨੁਸ਼ੇਦ ਬਹੁਤ ਹੈ ਦੇ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਅਗਲੀਆਂ ਵੀਡੀਓਜ਼ ਦੇ ਵਿੱਚ ਤੇ ਅੱਜ ਦਾ ਵਿਚਾਰ ਵਕਤ ਦਾ ਕੰਮ ਹੈ ਗੁਜ਼ਰਨਾ ਬੁਰਾ ਹੈ ਤਾਂ ਸਬਰ ਕਰੋ ਚੰਗਾ ਹੈ ਤਾਂ ਸ਼ੁਕਰ ਕਰੋ ਤਾਂ ਜੀ ਇਹ ਵੀਡੀਓਜ਼ ਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਸਕੇ ਤੇ ਆਪਣੇ ਨਾਲ ਵੱਧ ਤੋਂ ਵੱਧ ਲੋਕ ਜੁੜ ਸਕਣ ਤੇ ਅਸੀਂ ਹੋਰ ਵੀ ਅੱਗੇ ਵੀਡੀਓਜ਼ ਪਾਈਏ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਕਰੋ ਜੇਕਰ ਤੁਸੀਂ ਨਵੇਂ ਇਸ ਚੈਨਲ ਤੇ ਤਾਂ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬੋ ਤੇ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਜ਼ਰੂਰ ਕਰੋ ਜੀ ਜੇਕਰ ਤੁਸੀਂ ਹੋਰ ਕੋਈ ਸਵਾਲ ਆ ਤੁਹਾਡਾ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਬਾਕੀ ਸਾਡਾ ਫੇਸਬੁੱਕ ਪੇਜ ਵੀ ਹੈ ਜੀ ਖਤਰਾਂ ਐਲਐਸਆਈ ਕੀ ਖੇਤੀ ਖਬਰਾਂ ਤੇ ਬਹੁਤ ਹੋਰ ਬਹੁਤ ਕੁਝ ਉਹ ਵੀ ਤੁਸੀਂ ਲਾਈਕ ਜਾਂ ਫੋਲੋ ਕਰ ਸਕਦੇ ਹੋ ਜੇ ਆਕੇ ਸਾਨੂੰ ਤੇ ਉਹਦੇ ਸਾਨੂੰ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ ਜੇ ਤੁਸੀਂ ਪਰਸਨਲ ਮੈਸੇਜ ਕਰਨਾ ਚਾਹੁੰਦੇ ਹੋ ਸਾਨੂੰ ਤਾਂ ਉਹਦੇ ਸੈਂਡ ਮੈਸੇਜ ਦਾ ਆਪਸ਼ਨ ਆਉਂਦਾ ਤਾਂ ਤੁਸੀਂ ਉਸੇ ਫੇਸਬੁੱਕ ਪੇਜ ਤੇ ਸਾਨੂੰ ਸੈਂਡ ਮੈਸੇਜ ਕਰ ਸਕਦੇ ਹੋ ਅਸੀਂ ਛੇਤੀ ਤੋਂ ਛੇਤੀ ਤੁਹਾਡਾ ਜਵਾਬ ਦੇਵਾਂਗੇ ਜੇਕਰ ਸਾਨੂੰ ਉਸ ਚੀਜ਼ ਬਾਰੇ ਪਤਾ ਹੋਇਆ ਹੋਰ ਕਿਸ ਚੀਜ਼ ਤੇ ਵੀਡੀਓ ਬਣਾਈਏ ਆਪਾਂ ਚੈਨਲ ਤੇ ਜਿਵੇਂ ਕਿ ਤੁਸੀਂ ਬਹੁਤ ਸਾਰੇ ਵੀਰਾਂ ਨੇ ਦੱਸਿਆ ਨੈਰੀ ਵਿਭਾਗ ਬਾਰੇ ਵੀ ਪੰਗਾਇਆ ਨਾ ਹੋਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਵਿਭਾਗ ਬਾਰੇ ਦੱਸਿਆ ਜਾਵੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਬਾਰੇ ਵੀ ਦੱਸੀਏ ਤਾਂ ਜੀ ਧੰਨਵਾਦ ਜੀ ਵੀਡੀਓ ਪੂਰੀ ਦੇਖਣ ਲਈ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਤੁਸੀਂ ਕਮੈਂਟ ਕਰੋ ਉਹਨਾਂ ਦਾ ਰਿਪਲਾਈ ਕਰ ਸਕੀਏ ਧੰਨਵਾਦ ਜੀ ਵੀਡੀਓ ਪੂਰੀ ਦੇਖਣ ਲਈ